ਅੰਬੋਹਰ ਦੇ ਵਿੱਚ ਇੱਕ ਬਜ਼ੁਰਗ ਨੂੰ ਬੰਦਕ ਬਣਾ ਕੇ ਲੁੱਟ ਖੋਹ ਕੀਤੀ ਗਈ ਸੀ। ਘਰ ਦੇ ਵਿੱਚ ਵੜ ਕੇ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਘਟਨਾ ਦਾ ਜਾਇਜ਼ਾ ਲੈਣ ਦੇ ਲਈ SSP ਪ੍ਰੇਗਿਆ ਜੈਨ ਮੌਕੇ ਤੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ, ਆਂਢ ਗੁਆਂਢ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸੋ ਦੱਸ ਦਈਏ ਕਿ ਬਜ਼ੁਰਗ ਮਹਿਲਾ ਘਰ ਦੇ ਵਿੱਚ ਇਕੱਲੀ ਸੀ, ਲੁਟੇਰੇ ਆਏ ਜਿਨ੍ਹਾਂ ਨੇ ਬੰਦਕ ਬਣਾਇਆ, ਸਿਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ, ਗਹਿਣੇ ਲੈ ਕੇ ਇੱਥੋਂ ਫਰਾਰ ਹੋ ਗਏ ਤਾਂ ਘਰ ਦੇ ਵਿੱਚ ਖੂਨ ਦੇ ਨਾਲ ਲੱਥਪੱਥ ਇਹ ਬਜ਼ੁਰਗ ਮਹਿਲਾ ਪਾਈ ਗਈ, ਜਿਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਬੋਹਰ ਦੇ ਬਾਜ਼ਾਰ ਨੰਬਰ 10 ਦੇ ਵਿੱਚ ਇਹ ਘਟਨਾ ਘਟੀ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਬਜ਼ੁਰਗ ਮਹਿਲਾ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿੰਨੇ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਰ ਕੀਤੇ, ਇਹ ਤਾਂ ਬਜ਼ੁਰਗ ਮਹਿਲਾ ਹੀ ਦੱਸ ਸਕਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਘੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਸਕੇ। ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਐਲਡਰਲੀ ਸੀਨੀਅਰ ਸਿਟੀਜ਼ਨ ਮਿਲੀ, ਜਦੋਂ ਉਹ ਘਰ ਦੇ ਅੰਦਰ ਸੀ ਅਤੇ ਉਹਨਾਂ 'ਤੇ ਜਿਹੜਾ ਹੈਗਾ ਇੱਕ ਚੋਰੀ ਦਾ ਅਟੈਂਪਟ ਹੋਇਆ ਐਂਡ ਸ਼ੀ ਇਜ਼ ਆਲਸੋ ਸਸਟੇਨਡ ਸਰਟਨ ਇੰਜਰੀਜ਼ ਡਿਊਰਿੰਗ ਦੈਟ। ਸੋ ਵੀ ਆਰ ਟੇਕਿੰਗ ਦਿਸ ਕੇਸ ਵਿਦ ਦਾ ਅਟਮੋਸਟ ਸੀਰੀਅਸਨੈਸ ਐਂਡ ਆਲ ਦਾ ਸੀਨੀਅਰ ਆਫਿਸਰਸ, SP ਰੈਂਕ ਆਫਿਸਰਸ, DSPs ਐਂਡ ਦਾ CIA, ਦੇ ਹੈਵ ਬਿਨ ਡਿਪਿਊਟਿਡ ਔਨ ਦਾ ਜੋਬ ਐਂਡ ਵੀ ਵਿਲ ਟ੍ਰੇਸ ਇਟ। ਦੇਖੀਏ ਜੀ, ਆਪ ਖੁਦ ਦੇਖ ਰਹੇ ਹੈ ਕਿ ਮੈਂ ਯਹਾਂ ਪਰ ਹੂੰ। ਸੋ ਵੀ ਆਰ ਟੇਕਿੰਗ ਇਟ ਵਿਦ ਦਾ ਅਟਮੋਸਟ ਸੀਰੀਅਸਨੈਸ ਔਰ ਪੜ੍ਹ ਲਾਂਗੇ ਜੀ। ਅੰਬੋਹਰ ਦੇ ਵਿੱਚ ਇੱਕ ਬਜ਼ੁਰਗ ਨੂੰ ਬੰਦਕ ਬਣਾ ਕੇ ਲੁੱਟ ਖੋਹ ਕੀਤੀ ਗਈ ਸੀ। ਘਰ ਦੇ ਵਿੱਚ ਵੜ ਕੇ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਘਟਨਾ ਦਾ ਜਾਇਜ਼ਾ ਲੈਣ ਦੇ ਲਈ SSP ਪ੍ਰੇਗਿਆ ਜੈਨ ਮੌਕੇ ਤੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ, ਆਂਢ ਗੁਆਂਢ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸੋ ਦੱਸ ਦਈਏ ਕਿ ਬਜ਼ੁਰਗ ਮਹਿਲਾ ਘਰ ਦੇ ਵਿੱਚ ਇਕੱਲੀ ਸੀ, ਲੁਟੇਰੇ ਆਏ ਜਿਨ੍ਹਾਂ ਨੇ ਬੰਦਕ ਬਣਾਇਆ, ਸਿਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ, ਗਹਿਣੇ ਲੈ ਕੇ ਇੱਥੋਂ ਫਰਾਰ ਹੋ ਗਏ ਤਾਂ ਘਰ ਦੇ ਵਿੱਚ ਖੂਨ ਦੇ ਨਾਲ ਲੱਥਪੱਥ ਇਹ ਬਜ਼ੁਰਗ ਮਹਿਲਾ ਪਾਈ ਗਈ, ਜਿਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਬੋਹਰ ਦੇ ਬਾਜ਼ਾਰ ਨੰਬਰ 10 ਦੇ ਵਿੱਚ ਇਹ ਘਟਨਾ ਘਟੀ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਬਜ਼ੁਰਗ ਮਹਿਲਾ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿੰਨੇ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਰ ਕੀਤੇ, ਇਹ ਤਾਂ ਬਜ਼ੁਰਗ ਮਹਿਲਾ ਹੀ ਦੱਸ ਸਕਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਘੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਸਕੇ। ਜੀ, ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਐਲਡਰਲੀ ਸੀਨੀਅਰ ਸਿਟੀਜ਼ਨ ਮਿਲੀ, ਜਦੋਂ ਉਹ ਘਰ ਦੇ ਅੰਦਰ ਸੀ ਅਤੇ ਉਹਨਾਂ 'ਤੇ ਜਿਹੜਾ ਹੈਗਾ ਇੱਕ ਚੋਰੀ ਦਾ ਅਟੈਂਪਟ ਹੋਇਆ ਐਂਡ ਸ਼ੀ ਇਜ਼ ਆਲਸੋ ਸਸਟੇਨਡ ਸਰਟਨ ਇੰਜਰੀਜ਼ ਡਿਊਰਿੰਗ ਦੈਟ। ਸੋ ਵੀ ਆਰ ਟੇਕਿੰਗ ਦਿਸ ਕੇਸ ਵਿਦ ਦਾ ਅਟਮੋਸਟ ਸੀਰੀਅਸਨੈਸ ਐਂਡ ਆਲ ਦਾ ਸੀਨੀਅਰ ਆਫਿਸਰਸ, SP ਰੈਂਕ ਆਫਿਸਰਸ, DSPs ਐਂਡ ਦਾ CIA, ਦੇ ਹੈਵ ਬਿਨ ਡਿਪਿਊਟਿਡ ਔਨ ਦਾ ਜੋਬ ਐਂਡ ਵੀ ਵਿਲ ਟ੍ਰੇਸ ਇਟ। ਦੇਖੀਏ ਜੀ, ਆਪ ਖੁਦ ਦੇਖ ਰਹੇ ਹੈ ਕਿ ਮੈਂ ਯਹਾਂ ਪਰ ਹੂੰ। ਸੋ ਵੀ ਆਰ ਟੇਕਿੰਗ ਇਟ ਵਿਦ ਦਾ ਅਟਮੋਸਟ ਸੀਰੀਅਸਨੈਸ ਔਰ ਪੜ੍ਹ ਲਾਂਗੇ ਜੀ। ਅੰਬੋਹਰ ਦੇ ਵਿੱਚ ਇੱਕ ਬਜ਼ੁਰਗ ਨੂੰ ਬੰਦਕ ਬਣਾ ਕੇ ਲੁੱਟ ਖੋਹ ਕੀਤੀ ਗਈ ਸੀ। ਘਰ ਦੇ ਵਿੱਚ ਵੜ ਕੇ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਘਟਨਾ ਦਾ ਜਾਇਜ਼ਾ ਲੈਣ ਦੇ ਲਈ SSP ਪ੍ਰੇਗਿਆ ਜੈਨ ਮੌਕੇ ਤੇ ਪਹੁੰਚੇ ਹੋਏ ਨੇ,
ਜਿਨ੍ਹਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ, ਆਂਢ ਗੁਆਂਢ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸੋ ਦੱਸ ਦਈਏ ਕਿ ਬਜ਼ੁਰਗ ਮਹਿਲਾ ਘਰ ਦੇ ਵਿੱਚ ਇਕੱਲੀ ਸੀ, ਲੁਟੇਰੇ ਆਏ ਜਿਨ੍ਹਾਂ ਨੇ ਬੰਧਕ ਬਣਾਇਆ, ਸਿਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ, ਗਹਿਣੇ ਲੈ ਕੇ ਇੱਥੋਂ ਫਰਾਰ ਹੋ ਗਏ। ਤਾਂ ਘਰ ਦੇ ਵਿੱਚ ਖੂਨ ਦੇ ਨਾਲ ਲੱਥਪੱਥ ਇਹ ਬਜ਼ੁਰਗ ਮਹਿਲਾ ਪਾਈ ਗਈ, ਜਿਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਬੋਹਰ ਦੇ ਬਾਜ਼ਾਰ ਨੰਬਰ 10 ਦੇ ਵਿੱਚ ਇਹ ਘਟਨਾ ਘਟੀ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਬਜ਼ੁਰਗ ਮਹਿਲਾ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿੰਨੇ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਰ ਕੀਤੇ, ਇਹ ਤਾਂ ਬਜ਼ੁਰਗ ਮਹਿਲਾ ਹੀ ਦੱਸ ਸਕਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਘੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਸਕੇ। ਜੀ, ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਐਲਡਰਲੀ ਸੀਨੀਅਰ ਸਿਟੀਜ਼ਨ ਮਿਲੀ, ਜਦੋਂ ਉਹ ਘਰ ਦੇ ਅੰਦਰ ਸੀ ਅਤੇ ਉਹਨਾਂ 'ਤੇ ਜਿਹੜਾ ਹੈਗਾ ਇੱਕ ਚੋਰੀ ਦਾ ਅਟੈਂਪਟ ਹੋਇਆ ਐਂਡ ਸ਼ੀ ਹੈਜ਼ ਆਲਸੋ ਸਸਟੇਨਡ ਸਰਟਨ ਇੰਜਰੀਜ਼ ਡਿਊਰਿੰਗ ਦੈਟ। ਸੋ ਵੀ ਆਰ ਟੇਕਿੰਗ ਦਿਸ ਕੇਸ ਵਿਦ ਦ ਅਟਮੋਸਟ ਸੀਰੀਅਸਨੈਸ ਐਂਡ ਆਲ ਦਾ ਸੀਨੀਅਰ ਆਫਿਸਰਸ, SP ਰੈਂਕ ਆਫਿਸਰਸ, DSPs ਐਂਡ ਦਾ CIA, ਦੇ ਹੈਵ ਬਿਨ ਡਿਪਿਊਟਡ ਔਨ ਦਾ ਜੋਬ ਐਂਡ ਵੀਲ ਟ੍ਰੇਸ ਇਟ। ਦੇਖੀਏ ਜੀ, ਆਪ ਖੁਦ ਦੇਖ ਰਹੇ ਹੈ ਕਿ ਮੈਂ ਯਹਾਂ ਪਰ ਹੂੰ। ਸੋ ਵੀ ਆਰ ਟੇਕਿੰਗ ਇਟ ਵਿਦ ਦ ਅਟਮੋਸਟ ਸੀਰੀਅਸਨੈਸ ਔਰ ਪੜ੍ਹ ਲਾਂਗੇ ਜੀ।